सत श्री अकाल, तुसी वेख रहे हो विजन पंजाब टीवी। मैं तुहाडे नाल अरुण। अज नंगल तो जालफा माता वाल जांदी सड़क उत्ते एक वड्डा हादसा होण तो टलिया। नंगल दे विच स्थित माता जालफा देवी मंदिर दे विच लोकी मत्था टेकन जांदे हैं। उस दौरान ये नंगल ते जालफा माता दे विच एक बड़ी चढ़ाई वाली सड़क है, जिस दे विच ऑटो जिहड़े हैगे ने उह भर भर के सब पैसों के चक्कर दे विच भर भर के ऑटो जिहड़े उपर तक जाते हैं, सवारियों नूं उतारदे हैं उत्ते जाके। लेकिन कहिंदे ने कि कदी ना कदी एक हादसा होना हुंदा है। जिहड़ा कि हादसा होया है, मैं तुहानूं दसना चाहुंदा, ये हादसा नंगल तो लैके जालफा माता दे विच सड़क जिहड़ी आ उह चढ़ाई चढ़दा होया ऑटो भरिया पिया सी, जिहड़ा कि ऑटो उत्थे एक छोटी जी खाई दे विच डिग गया। इस नाल किसी का जानी नुकसान तो नहीं होया, लेकिन एक बच्चे जड़े ने, बच्चे ते महिलावां सी ऑटो दे विच, उन्हां दे छोटी मोटी सट्टां लगियां ने, थोड़े जख्मी होए ने। उत्थे ही जिहड़ा आटो चालक है उसकी लत टुट गई। जालफा माता मंदिर दे जिहड़ी कमेटी मैंबर ने, उन्होंने आ के इन्हां सारिआं नूं सिविल हस्पताल दे विच पहुँचाया, जिथे इन्हां नूं फस्ट एड दित्ती गई। की है पूरा मामला वो वेख लैंदे आ। एक बार जी की होया, हादसा की होया, कितना वापरिया? हादसा इदा है कि टैंपू वाले नूं सवारियां कहंदियां रहियां वी 12 सवारियां लदियां मरियां, उन्हों कहंदे रहे सानूं अद्धे हत्थ ताले दूए गेड़े आके लै जाई। वह कहंदा नहीं, मैं नैणा देवी लैके जांदा रहा सवारी, कहंदा हुण वह उत्थे दे बैक होकर आ गया। वो जिहड़े सामने चढ़ाई है ना, उत्थे दे मोहरे वालियां सवारियां ने छालां मारतीआं, बाकी मोहरे चक हो गया टैंपू, वह पिछे नूं इधर खाई च नूं रुड़ गया। हो जाता ਡਰਾਈਵਰ ਦੀ ਲੱਤ ਟੁੱਟ ਗਈ ਵੀ, ਜਿਹੜਾ ਡਰਾਈਵਰ ਆ ਬਾਕੀਆਂ ਦੇ ਯਾਨੀ ਕਿ ਗੁੱਝੀਆਂ ਸੱਟਾਂ ਗਈਆਂ। ਕਿੰਨੀਆਂ ਸਵਾਰੀਆਂ ਸੀਗੀਆਂ? ਸਵਾਰੀਆਂ 12 ਸਵਾਰੀਆਂ ਦੀਆਂ ਜੀ। ਹੁਣ ਤੁਸੀਂ ਕੀ ਕਰ ਰਹੇ ਇੱਥੇ? ਹੁਣ ਇੱਥੇ ਤਾਂ ਮੈਂ ਪੁਜਾਰੀ ਆ ਜੀ। ਟੈਂਪੂ ਕੀ ਕਹਿ ਰਹੇ ਤੁਸੀਂ? ਟੈਂਪੂ ਵਾਲਿਆਂ ਨੂੰ ਕਹਿ ਰਹੇ 2 ਸਵਾਰੀਆਂ ਜਾਂ 3 ਸਵਾਰੀਆਂ ਜਾਵੇ ਬਸ ਉੱਪਰ। ਕਿੱਥੇ ਜਾ ਰਹੇ? ਉੱਪਰ ਮਾਂ ਜਲਫਾ ਦੇਵੀ ਜੀ ਦਾ ਭੰਡਾਰਾ ਜੀ ਅੱਜ। ਹੋਇਆ ਬਸ ਟੈਂਪੂ ਸੇ ਬਸ ਬੈਠੇ ਦੇ ਮੱਥਾ ਟੇਕਣ ਉੱਪਰ ਚੜ੍ਹਾਈ ਚਾੜਨ ਲੱਗੇ ਤੇ ਉਹ ਟੈਂਪੂ ਪਿਛਣ ਬੈਕ ਹੋ ਗਿਆ। ਸੱਟਾਂ ਬਸ ਆ ਲੱਗ ਗਏ, ਟੈਂਪੂ ਖੜ ਵਿੱਚ ਪਲਟ ਗਿਆ। 8 ਕੁ ਹੋਣੇ ਆ ਜੀ, ਬੱਚੇ ਵੀ ਸੀ। ਹਾਂ ਬੱਚੇ ਸੀ, ਛੋਟੇ ਛੋਟੇ 8 ਕੁ ਜਣੇ ਹੋਣੇ ਹੈਗੇ ਛੋਟੇ ਬੱਚੇ, 4 ਬੱਚੇ ਸੀ। ਸੱਟਾਂ ਤਾਂ ਉਹਦਾ 5-6 ਦਾ ਜ਼ਿਆਦਾ ਲੱਗ ਗਈਆਂ ਵੀ, ਬਾਕੀ ਬਚਾਅ ਹੋ ਗਿਆ ਸਾਰਿਆਂ ਦਾ। ਛੋਟੀ ਬੱਚੀ ਸੀ 6 ਮਹੀਨੇ ਦੀ, ਇੱਕ 2.5 ਸਾਲ ਦੀ ਗੁੱਡੀ, ਇੱਕ 2.5 ਸਾਲ ਦੀ ਗੁੱਡੀ ਹੈ, ਅਤੇ ਉਹ ਤਾਂ ਉਲਟ ਕੇ ਖੜ ਵਿੱਚ ਡਿੱਗ ਗਈ ਨਾ। ਅਸੀਂ ਬੀਣੇਵਾਲ ਤੋਂ ਆਏ, ਝੁੰਗੀਆਂ ਤੋਂ। ਝੁੰਗੀ ਤੋਂ ਆਏ ਸੀਗੇ, ਕੁਛ ਨਹੀਂ, ਮਾਤਾ ਦੇ ਮੱਥਾ ਟੇਕਣ ਚੱਲੇ ਸੀਗੇ, ਟੈਂਪੂ ਤੋਂ ਉੱਪਰ ਚੜ੍ਹਨ ਲੱਗੇ, ਬੈਗ ਆ ਗਿਆ, ਚੜ੍ਹਾਈ ਨਹੀਂ ਚੜ੍ਹ ਹੋਈ ਉਤੋਂ, ਬੈਗ ਆ ਕੇ ਟੈਂਪੂ ਇੱਕਦਮ ਖਾਈ 'ਚ ਉਲਟ ਗਿਆ। ਕੁਛ ਪਤਾ ਹੀ ਨਹੀਂ ਲੱਗਿਆ ਉਸ ਟਾਈਮ ਕਿਆ ਹੋਣਾ ਕਿਆ ਨਹੀਂ ਹੋਇਆ। ਹਾਂਜੀ, ਬੱਚੇ ਨਾਲੇ ਸੀਗੇ, 2-3 ਬੱਚੇ ਸੀਗੇ ਨਾਲ, ਪਤਾ ਨਹੀਂ ਕਿਆ ਹੋਇਆ। ਬੱਚੇ ਦਾ ਮਤਲਬ ਠੀਕ ਹੈ, ਜ਼ਿਆਦਾ ਇੰਨੀ ਸੱਟਾਂ ਨਹੀਂ ਲੱਗੀਆਂ, ਬਾਕੀਆਂ ਦੀ ਕਈਆਂ ਦੀ ਜ਼ਿਆਦਾ ਸੱਟ ਲੱਗ ਗਈ, ਮੰਮੀ ਹੋਣਾ ਅਤੇ ਬਾਕੀਆਂ ਲੇਡੀਜ਼ ਦੇ। ਹਾਂਜੀ ਹਾਂਜੀ, ਛੋਟੀ ਬੱਚੀ ਸੀਗੀ, ਛੋਟੀ ਬੱਚੀ ਦਾ ਬਚਾਅ ਹੋ ਗਿਆ, ਇਹਨੂੰ ਘੁੱਟ ਲਿਆ ਸੀਗਾ ਨਾਲੇ ਹੱਥਾਂ 'ਚ, ਇਹਦਾ ਬਚਾਅ ਹੋ ਗਿਆ, ਇਹਦੇ ਨਹੀਂ ਲੱਗੀਆਂ ਕਿਤੇ ਵੀ ਸੱਟਾਂ। ਮਨਮੋਹਨ ਸਿੰਘ ਹੈ ਜੀ ਨਾਮ ਮੇਰਾ, ਮੈਂ ਅਸੀਂ ਪਿੰਡ ਬੀਣੇਵਾਲ ਤੋਂ ਆਏ ਜੀ, ਤਕਰੀਬਨ 10 ਵਜੇ ਅਸੀਂ ਨੰਗਲ ਪਹੁੰਚ ਗਏ ਜੀ। ਉੱਥੋਂ ਅਸੀਂ ਫਿਰ ਆਟੋ ਲਿਆ ਜਲਫਾ ਮਾਤਾ ਜੀ ਦੇ ਮੱਥਾ ਟੇਕਣ ਲਈ, ਅਤੇ ਨਾਲ ਮੇਰੇ ਵਾਈਫ ਸੀ, ਬੱਚੇ ਸੀ, 6 ਮਹੀਨੇ ਦੀ ਮੇਰੀ ਇੱਕ ਗੁੜੀਆ ਸੀ, ਇੱਕ 2.5 ਸਾਲ ਦੀ ਗੁੜੀਆ, ਅਤੇ ਅਸੀਂ ਆ ਰਹੇ ਸੀ ਮੱਥਾ ਟੇਕਣ। ਆਟੋ ਵਾਲੇ ਨੂੰ ਅਨਬੈਲੈਂਸ ਜਿਹਾ ਹੋ ਗਿਆ ਜੀ ਆਟੋ, ਅਤੇ ਨੀਚੇ ਖਾਈ 'ਚ ਗਿਰ ਗਿਆ, ਅਤੇ ਮਾਤਾ ਜੀ ਦੇ ਲੱਗੀ, ਥੋੜ੍ਹੀ ਮਾਸੀ ਜੀ ਦੇ ਲੱਗੀ, ਅਤੇ ਇੱਕ ਵਾਈਫ ਦੇ ਵੀ ਲੱਗੀ ਹੱਥ 'ਤੇ, ਅਤੇ ਬੱਚਿਆਂ ਦਾ ਬਚਾਅ ਹੋ ਗਿਆ ਜੀ। ਅਸਲ ਠੀਕ ਹੈ, ਹਾਂਜੀ ਬਿਲਕੁਲ ਜੀ ਬਿਲਕੁਲ, ਥੋੜ੍ਹਾ ਜਿਹਾ ਮੈਂ ਤਾਂ ਇਹ ਕਹਿਣਾ ਚਾਹੂੰਗਾ ਜੀ ਬਸ ਕਿ ਨਾ ਥੋੜ੍ਹਾ ਜਿਹਾ ਇਹਨਾਂ ਨੂੰ ਚਾਹੀਦਾ ਕਿ ਜੇ ਆਟੋ ਨਹੀਂ ਇੰਨੀ ਸਵਾਰੀ 'ਤੇ ਜਾ ਸਕਦੇ ਤਾਂ ਨੀਚੇ ਇਹਨਾਂ ਰੋਕ ਲੈਣੇ ਚਾਹੀਦੇ ਆਟੋ ਨਾ। ਮੈਂ ਅਜੇ ਉਹਨੂੰ ਬੋਲਿਆ ਵੀ ਆਟੋ ਵਾਲਿਆਂ ਨੂੰ ਕਿ ਤੁਸੀਂ ਨੀਚੇ ਹੀ ਆਪਣਾ ਸਾਨੂੰ ਉਤਾਰ ਦਿਓ, ਤੁਰ ਕੇ ਚੱਲ ਜਾਂਦੇ ਆ। ਬੋਲ ਰਹੇ ਸੀ ਨਹੀਂ, ਜੇ ਥੋੜ੍ਹਾ ਇੱਦਾਂ ਦਾ ਪ੍ਰਬੰਧ ਹੁੰਦਾ ਸੀ ਕਿ ਆਟੋ ਨੀਚੇ ਰਹਿੰਦਾ ਤਾਂ ਹੋ ਸਕਦਾ ਕਿ, ਮੈਂ ਵੀ ਚਾਹੁੰਦਾ ਕਿ ਇਨ ਫਿਊਚਰ ਵੀ ਜੇ ਇੱਦਾਂ ਨਾ ਹੋਵੇ, ਕਿਉਂਕਿ ਆਟੋ ਵਾਲਿਆਂ ਨੂੰ ਤਾਂ ਆਪਣੇ ਪੈਸੇ ਨਾਲ ਮਤਲਬ ਹੁੰਦਾ ਜੀ। ਕੋਈ ਵੱਡਾ ਹਾਦਸਾ ਹੋ ਬਿਲਕੁਲ ਹੋ ਸਕਦਾ ਸੀ, ਬੱਚੇ ਮੇਰੇ ਮਾਤਾ ਰਾਣੀ ਦੀ ਕਿਰਪਾ ਨਾਲ ਕੁਛ ਨਹੀਂ ਹੋਇਆ, ਹੋ ਸਕਦਾ ਸੀ ਕਿ ਹਾਂ 6 ਮਹੀਨੇ ਜਾਂ 8 ਮਹੀਨੇ ਦੀ ਬੱਚੀ ਦੀ ਇੱਕ ਨਾਲ, ਅਤੇ 2.5 ਸਾਲ ਦੀ ਗੁੜੀ ਸੀ, ਬਿਲਕੁਲ ਦੱਬ ਹੋਏ ਵੀ ਸੀ ਨੀਚੇ, ਅਤੇ ਇਨ ਫਿਊਚਰ ਨਾ ਆਏ ਜੀ ਕੋਈ ਚੀਜ਼ ਹੋਵੇ ਤਾਂ ਥੋੜ੍ਹਾ ਜਿਹਾ ਚਾਹੀਦਾ ਕਿ ਮੰਦਰ ਦੇ ਕਮੇਟੀ ਵਗੈਰਾ ਕਿ ਨੀਚੇ ਸਟੋਪ ਇਹਨਾਂ ਨੂੰ ਕਰ ਲੈਣਾ ਚਾਹੀਦਾ ਆਟੋ। ਸੋ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ ਜਿਹੜਾ ਵਾਪਰਿਆ ਹੈ ਪੈਸਿਆਂ ਦੇ ਚੱਕਰ ਦੇ ਵਿੱਚ ਆਟੋ ਭਰ ਭਰ ਕੇ। ਇਹ ਕਿਤੇ ਸਿਰਫ ਔਰ ਸਿਰਫ ਨੰਗਲ ਦੀ ਗੱਲ ਨਹੀਂ ਹੈ, ਸਾਡੇ ਪੰਜਾਬ ਦੀ ਹਰ ਕਿਤੇ ਮਤਲਬ ਆਟੋ ਭਰ ਕੇ ਜਾਂਦੇ ਨੇ। ਵੱਡਾ ਹਾਦਸਾ ਹੋਣ ਤੋਂ ਇਹ ਟਲਿਆ ਹੈ, ਲੇਕਿਨ ਕਈ ਹਾਦਸੇ ਇੱਦਾਂ ਹੁੰਦੇ ਜਿਹਦੇ ਵਿੱਚ ਜਾਨੀ ਨੁਕਸਾਨ ਹੁੰਦਾ ਹੈ। ਰੱਬ ਨਾ ਕਰੇ ਕਿਸੇ ਦਾ ਜਾਨੀ ਨੁਕਸਾਨ ਹੋਵੇ, ਅਤੇ ਇਹ ਕੋਈ ਖਬਰ ਜ਼ਿਆਦਾ ਵੱਡੀ ਨਹੀਂ ਹੈ, ਇਹ
मसला जड़ा है वो बहुत वड्डा है। तुसी इस खबर के बारे की सोचते हो, अपनी राय जरूर सानू दिओ। वेखते रहो विजन पंजाब टीवी, हर कदम तुहाडे नाल।